ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਵਿੱਚ ਨਵੀਆਂ ਪੋਸਟਾਂ ਨੂੰ ਲੈ ਕੇ ਨਿਕਲ ਕੇ ਆ ਚੁੱਕੇ ਹੈ ਜੀ ਜਿਸ ਦੇ ਵਿੱਚ ਬਿਲਕੁਲ ਫਰੈਸ਼ ਵੈਕੈਂਸੀਸ ਨੇ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਸੁਪਰਵਾਈਜ਼ਰ ਕਲਰਕ ਸਹਾਇਕ ਸਮਾਜ ਸੇਵਕ ਬਾਰਬਰ ਤੇ ਹੋਰ ਕਈ ਵੈਕੈਂਸੀਸ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ ਕੌਣ ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦਵਾਂਗਾ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ ਬਾਕੀ ਜਿੰਨੀਆਂ ਵੀ ਵੈਕੈਂਸੀਸ ਆਊਟ ਹੋਈਆਂ ਨੇ ਉਹਨਾਂ ਲਈ ਤੁਸੀਂ ਸਾਡੀ ਵੈਬਸਾਈਟ meetacademy.xyz ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਵੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਪਾਓਗੇ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ ਪੂਰੀ ਜਾਣਕਾਰੀ ਮੈਂ ਅੱਜ ਦੀ ਇਸ ਵੀਡੀਓ ਤੋਂ ਦੇਣ ਜਾ ਰਹੇ ਹਾਂ ਸੋ ਚਲੋ ਚੱਲਦੇ ਹਾਂ ਜੀ ਅਪਡੇਟ ਦੇ ਉੱਪਰ ਸਭ ਤੋਂ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਦਿਖਾ ਦਿੰਨਾ ਹੈ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਵੈਕੈਂਸੀਸ ਦੀ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਇਹਦੇ ਲਈ ਵਾਕ ਇਨ ਇੰਟਰਵਿਊ ਤੁਹਾਡੀ ਹੋਣੀ ਹੈ ਇਸ ਡਿਪਾਰਟਮੈਂਟ ਦੇ ਲਈ 9/8/2023 ਤੋਂ ਲੈ ਕੇ 12/8/2023 ਤੱਕ ਇਹਦੀਆਂ ਵੈਕੈਂਸੀਸ ਦੇ ਲਈ ਇੰਟਰਵਿਊ ਹੋਣੀ ਹੈ ਜੀ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਇੱਥੇ ਇਸ ਦੇ ਵਿੱਚ ਜਿਹੜੀ ਪਹਿਲੀ ਵੈਕੈਂਸੀ ਉਹ ਹੈਗੀ ਹੈ ਮੈਡੀਕਲ ਸੋਸ਼ਲ ਵਰਕਰ ਦੀ ਜਿਹਦੇ ਵਿੱਚ ਪੋਸਟ ਗ੍ਰੈਜੂਏਸ਼ਨ ਸੋਸ਼ਲ ਵਰਕ ਦੇ ਵਿੱਚ ਸੋਸ਼ਲ ਸਾਇੰਸ ਸੋਸ਼ੀਓਲੋਜੀ ਦੇ ਵਿੱਚ ਕੀਤੀ ਹੋਈ ਹੈ ਅਪਲਾਈ ਕਰ ਸਕਦੇ ਹੋ ਏਜ 30 ਸਾਲ ਤੱਕ ਦੀ ਹੈ ਅਪਲਾਈ ਕਰ ਪਾਉਗੇ 5 ਪੋਸਟ ਆਊਟ ਕੀਤੀਆਂ ਗਈਆਂ ਨੇ 25000 ਤੋਂ ਲੈ 30000 ਤੱਕ ਥੋੜੀ ਸੈਲਰੀ ਰਹੇਗੀ ਉਸ ਤੋਂ ਬਾਅਦ ਕਲੀਨिकल ਸਾਈਕੋਲੋਜਿਸ ਦੀ ਹੈ ਜਿਸ ਨੂੰ ਚ ਐਮਏ ਕਲੀਨिकल ਸਾਈਕੋਲੋਜੀ ਦੇ ਵਿੱਚ ਕੀਤੀ ਹੋਈ ਹੈ 2 ਸਾਲ ਦਾ ਮਿਨੀਮ ਐਕਸਪੀਰੀਅੰਸ ਹੈਗਾ ਅਪਲਾਈ ਕਰ ਸਕਦੇ ਹੋ 30 ਤੋਂ 35000 ਤੱਕ ਥੋੜੀ ਸੈਲਰੀ ਰਹੇਗੀ 30 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਉਸ ਤੋਂ ਬਾਅਦ ਹorticulter ਸੁਪਰਵਾਈਜ਼ਰ ਦੀ ਹੈ ਜੀ ਪਲੱਸ 2 ਕੀਤੀ ਹੋਈ ਹੈ ਤੁਸੀਂ ਡਿਪਲੋਮਾ ਹੈਗਾ ਤੁਹਾਡੇ ਕੋਲ ਗਾਰਡਨਿੰਗ ਦਾ ਟ੍ਰੇਨਿੰਗ ਹੈ ਅੁਟਿਕਲਚਰ ਦਾ ਐਗਰੀਕਲਚਰ ਦਾ ਤਾਂ ਅਪਲਾਈ ਕਰ ਸਕਦੇ ਹੋ ਜੀ ਇੱਕ ਪੋਸਟ ਆਊਟ ਕੀਤੀ ਗਈ ਹੈ ਇਸ ਦੇ ਵਿੱਚ 23 330 ਤੁਹਾਡੀ ਸੈਲਰੀ ਹੈ ਤੇ 30 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਉਸ ਤੋਂ ਬਾਅਦ ਕੰਪਿਊਟਰ ਪ੍ਰੋਗਰਾਮਰ ਦੀ ਹੈ ਜਿਸ ਦੇ ਵਿੱਚ ਬੀ ਬੀਟੈਕ ਐਮ ਐਸ ਸੀ ਕੰਪਿਊਟਰ ਸਾਇੰਸ ਐਮ ਸੀ ਏ ਮਿਨੀਮਮ 50% ਮਾਰਕਸ ਨਾਲ ਕੀਤੀ ਹੋਈ ਹੈ ਤਾਂ ਅਪਲਾਈ ਕਰ ਸਕਦੇ ਹੋ 2 ਸਾਲ ਦੀ ਪ੍ਰੋਗਰਾਮਿੰਗ ਐਕਸਪੀਰੀਅੰਸ ਮੰਗਿਆ ਗਿਆ ਹੈ ਤੇ ਇੱਥੇ ਤੁਸੀਂ ਜਿਹੜੇ ਦੋ ਵੈਕੈਂਸੀਜ਼ ਆਊਟ ਕੀਤੀ ਗਈਆਂ ਨੇ 30000 ਤੋਂ ਲੈ ਕੇ 35000 ਤੱਕ ਤੁਹਾਡੀ ਸੈਲਰੀ ਰਹਿਣ ਵਾਲੀ ਹੈ ਜੀ ਉਸ ਤੋਂ ਬਾਅਦ ਗੱਲ ਕਰਾਂ ਦਾ ਇਸ ਦੇ ਵਿੱਚ ਕੰਪਿਊਟਰ ਪ੍ਰੋ ਇਹ ਵਾਲੇ ਕੈਂਡੀਡੇਟ ਐਲੀਜੀਬਲ ਨੇ ਇੱਕ ਪੋਸਟ ਆਊਟ ਕੀਤੀ ਗਈ ਹੈ 30000 ਤੋਂ ਲੈ ਕੇ ਤੁਹਾਡੀ 35000 ਤੱਕ ਸੈਲਰੀ ਹੋਵੇਗੀ ਉਸ ਤੋਂ ਬਾਅਦ ਨੈਕਸਟ ਹੈਗੇ ਟੈਲੀਫੋਨ ਆਪਰੇਟਰ ਦੀ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਈ ਹੈ ਤੁਹਾਡੇ ਕਮਿਊਨੀਕੇਸ਼ਨ ਸਕਿੱਲਸ ਵਧੀਆ ਨੇ 1 ਸਾਲ ਦਾ ਐਕਸਪੀਰੀਅੰਸ ਹੈਗਾ ਐਕਸਚੇਂਜ ਬੋਰਡ ਤੁਹਾਨੂੰ EPBX ਦਾ ਤਾਂ ਅਪਲਾਈ ਕਰ ਸਕਦੇ ਹੋ ਤੇ ਹਿੰਦੀ ਇੰਗਲਿਸ਼ ਔਰ ਪੰਜਾਬੀ ਦੇ ਵਿੱਚ ਤੁਹਾਨੂੰ ਨੌਲੇਜ ਹੈਗੀ ਹੈ ਪ੍ਰੋਪਰ ਬੋਲਣਾ ਆਉਂਦਾ ਹੈ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਸੰਡੇ ਨੂੰ ਤੁਹਾਡਾ ਹੌਲੀਡੇ ਰਹੇਗਾ ਉਸ ਤੋਂ ਬਾਅਦ ਨੈਕਸਟ ਗਾ ਤਿੰਨ ਪੋਸਟਾਂ ਇਸ ਦੇ ਵਿੱਚ ਆਊਟ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਇਸ ਦੇ ਵਿੱਚ 21220 ਤੋਂ ਲੈ ਕੇ ਤੁਹਾਡੀ 23000 ਤੱਕ ਸੈਲਰੀ ਹੋਵੇਗੀ ਮਾਲੀ ਤੇ ਗਾਰਡਨਰ ਦੀ ਵੈਕੈਂਸੀ ਹੈ 8ਵੀਂ ਪਾਸ ਵੀ ਅਪਲਾਈ ਕਰ ਸਕਦੇ ਨੇ ਇਸ ਦੇ ਵਿੱਚ ਤੇ 35 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਜਿਨ੍ਹਾਂ ਨੂੰ ਐਕਸਪੀਰੀਅੰਸ ਹੈ ਉਹਨਾਂ ਨੂੰ ਪ੍ਰੀਫਰੈਂਸ ਵੀ ਦਿੱਤੀ ਜਾਏਗੀ ਪੰਜ ਵੈਕੈਂਸੀਸ ਨੇ 18000 ਸੈਲਰੀ ਰਹਿਣ ਵਾਲੀ ਹੈ ਬਟਲਰ ਦੀ ਵੈਕੈਂਸੀਸ ਨੇ ਜੀ ਇਥੇ ਜਿਸ ਦੇ ਵਿੱਚ ਅਗਰ ਮੇ ਡਿਪਲੋਮਾ ਤੁਸੀਂ ਕੀਤਾ ਹੋਇਆ ਹੈ ਐਫ ਐਨ ਬੀ ਦੇ ਵਿੱਚ ਸਰਵਿਸਿਸ ਦੇ ਵਿੱਚ 1 ਸਾਲ ਦਾ ਐਕਸਪੀਰੀਅੰਸ ਹੈ ਅਪਲਾਈ ਕਰ ਸਕਦੇ ਹੋ ਜਾਂ ਫਿਰ ਪਲੱਸ 2 ਕੀਤੀ ਹੋਈ ਹੈ 3 ਸਾਲ ਦਾ ਐਕਸਪੀਰੀਅੰਸ ਹੈਗਾ ਐਫ ਐਨ ਬੀ ਦੇ ਵਿੱਚ ਤਾਂ ਅਪਲਾਈ ਕਰ ਸਕਦੇ ਹੋ ਜੀ ਹਸਪੀਟਲ ਹੌਸਟਲ ਦਾ ਇਹ ਹੋਟਲ ਸੌਰੀ ਦੇ ਵਿੱਚ ਤੁਹਾਨੂੰ ਹੈਗਾ ਕੇਟਰਿੰਗ ਦਾ ਨੋਲਜ ਹੈਗੀ ਅਪਲਾਈ ਕਰ ਸਕਦੇ ਹੋ ਜੀ 30 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਤਿੰਨ ਪੋਸਟ ਆਊਟ ਕੀਤੀਆਂ ਗਈਆਂ ਨੇ 18000 ਤੁਹਾਡੀ ਸੈਲਰੀ ਰਹੇਗੀ ਉਸ ਤੋਂ ਬਾਅਦ ਕੁੱਕ ਦੀ ਹੈ ਜੀ ਜਿਨ੍ਹਾਂ ਨੇ SSC ਪਾਸ ਨੇ ਡਿਪਲੋਮਾ ਹੈਗਾ ਫੂਡ ਪ੍ਰੋਡਕਸ਼ਨ ਕੁੱਕਰੀ ਦੇ ਵਿੱਚ ਮਿਨੀਮਮ 2 ਇਅਰ ਦਾ ਐਕਸਪੀਰੀਅੰਸ ਹੈ ਅਪਲਾਈ ਕਰ ਸਕਦੇ ਨੇ ਤੇ 3 ਜਾਂ 5 ਸਟਾਰ ਹੋਟਲ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੋਵੇਗਾ ਤੇ ਇਸ ਦੇ ਵਿੱਚ 30 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਦੋ ਪੋਸਟ ਆਊਟ ਕੀਤੀਆਂ ਗਈਆਂ ਨੇ 21000 ਸੈਲਰੀ ਰਹੇਗੀ ਅਸਿਸਟੈਂਟ ਐਡਮਿਨ ਦੀ ਵੈਕੈਂਸੀ ਹੈ ਜੀ ਗ੍ਰੈਜੂਏਸ਼ਨ ਵਾਲੇ ਅਪਲਾਈ ਕਰ ਸਕਦੇ ਨੇ ਜੀ ਇਸ ਦੇ ਵਿੱਚ 2 ਸਾਲ ਦਾ ਰਿਲੇਵੈਂਟ ਐਕਸਪੀਰੀਅੰਸ ਮੰਗਿਆ ਗਿਆ ਹੈ 35 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਹੋਣਗੇ ਅਪਲਾਈ ਕਰ ਪਾਣਗੇ ਇੱਕ ਵੈਕੈਂਸੀ ਹੈ 30000 ਸੈਲਰੀ ਸਟਾਰਟਿੰਗ ਰਹਿਣ ਵਾਲੀ ਹੈ ਕਲਰਕ ਦੀ ਵੈਕੈਂਸੀ ਹੈ ਜੀ ਐਨੀ ਗ੍ਰੈਜੂਏਟ ਅਪਲਾਈ ਕਰ ਸਕਦੇ ਨੇ ਟਾਈਪਿੰਗ ਸਪੀਡ ਜਿੰਨਾ ਦੀ ਕੰਪਿਊਟਰ ਦੇ ਵਿੱਚ ਹੈਗੀ ਹੈ ਕੰਪਿਊਟਰ ਨੋਲਿਜ ਤੁਹਾਨੂੰ ਆਉਂਦੀ ਹੈ ਕੰਪਿਊਟਰ ਚਲਾਉਣਾ ਆਉਂਦਾ ਮੀਨਿਮ 1 ਸਾਲ ਦਾ ਐਕਸਪੀਰੀਅੰਸ ਹੈਗਾ ਤੁਹਾਨੂੰ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਵੇਗੀ ਉਹਦਾ ਫਰੈਸ਼ਰ ਵੀ ਅਪਲਾਈ ਕਰ ਸਕਦੇ ਨੇ 27 ਸਾਲ ਤੱਕ ਦੇ MBBS ਜਿਹੜਨ ਕੀਤੀ ਹੋਈ ਐਪਲਾਈ ਕਰ ਸਕਦੇ ਨੇ 50 ਤੋਂ 55 ਹਜ਼ਾਰ ਤੁਹਾਡੀ ਸੈਲਰੀ ਰਹੇਗੀ ਉਸ ਤੋਂ ਬਾਅਦ ਹਾਊਸਕੀਪਿੰਗ ਸੁਪਰਵਾਈਜ਼ਰ ਦੀ ਐ ਡਿਪਲੋਮਾ ਔਰ ਡਿਗਰੀ ਕੀਤੀ ਹੋਈ ਹੈ ਜਾਂ ਤੁਸੀਂ ਸੈਨੀਟਰੀ ਇਨਸਪੈਕਟਰ ਔਰ ਹੋਟਲ ਮੈਨੇਜਮੈਂਟ ਦੇ ਵਿੱਚ 1 ਸਾਲ ਦਾ ਐਕਸਪੀਰੀਅੰਸ ਹੈਗਾ ਰੈਲੇਵੈਂਟ ਫੀਲਡ ਦਾ ਐਪਲਾਈ ਕਰ ਸਕਦੇ ਹੋ ਇੱਕ ਪੋਸਟ ਹੈ 25 ਹਜ਼ਾਰ ਤੱਕ ਤੁਹਾਡੀ ਸੈਲਰੀ ਰਹੇਗੀ ਸੀਨੀਅਰ ਐਡਮਿਨਿਸਟ੍ਰੇਟਰ ਅਸਿਸਟੈਂਟ ਦੀ ਵੈਕੈਂਸੀ ਹੈ ਜਿਸ ਦੇ ਵਿੱਚ ਪੋਸ ਗ੍ਰੈਜੂਏਟ ਡੀ ਵਾਲੇ ਐਪਲਾਈ ਕਰ ਸਕਦੇ ਨੇ 45 ਹਜ਼ਾਰ ਤੱਕ ਤੁਹਾਡੀ ਸੈਲਰੀ ਰਹੇਗੀ ਇੱਕ ਪੋਸਟ ਆਊਟ ਕੀਤੀ ਗਈ ਹੈ ਫਾਰਮਾਸਿਸ ਦੀਆਂ 4 ਵੈਕ 30 ਹਜ਼ਾਰ ਔਰ 30 ਹਜ਼ਾਰ ਤੁਹਾਡੀ ਸੈਲਰੀ ਰਹੇਗੀ ਇਸ ਦੇ ਵਿੱਚ ਟੈਕਨੀਸ਼ੀਅਨ ਸੀਐਸਐਸਡੀ ਦੀ ਹੈ ਜਿਨ੍ਹਾਂ ਨੇ ਐਚਐਸਸੀ ਕੀਤੀ ਹੋਈ ਹੈ ਸਾਈਜ਼ ਦੇ ਨਾਲ ਮਿਨੀਮਮ ਮਾਰਕਸ ਤੁਹਾਡੇ ਹੈਗੇ ਨੇ 50% ਤਾਂ ਅਪਲਾਈ ਕਰ ਸਕਦੇ ਹੋ ਜੀ ਤੇ ਸੀਐਸਐਸਡੀ ਹਸਪੀਟਲ ਪ੍ਰੇਫਰੈਂਸ ਜਾਂ ਨੋਲੇਜ ਐਕਸਪੀਰੀਅੰਸ ਹੈਗੀ ਆ ਉਹਨਾਂ ਨੂੰ ਪ੍ਰੇਫਰੈਂਸ ਦਿੱਤੀ ਜਾਵੇਗੀ 20 ਹਜ਼ਾਰ ਸੈਲਰੀ ਰਹੇਗੀ ਸਾਇੰਟਿਫਿਕ ਅਸਿਸਟੈਂਟ ਦੀ ਹੈ ਬੀਏਸੀ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ 25 ਹਜ਼ਾਰ ਸਟਾਰਟਿੰਗ ਸੈਲਰੀ ਰਹੇਗੀ ਤੋ ਬਾ ਲੌਂਡਰੀ ਟੈਕਨੀਸ਼ੀਅਨ ਦੀ ਵੈਕੈਂਸੀ ਹੈ ਜੀ ਜਿਨ੍ਹਾਂ ਨੇ ਪਲੱਸ 2 ਪਾਸ ਆਊਟ ਕੀਤੀ ਹੋਈ ਹੈ ਤੋ ਉਹਨਾਂ ਨੂੰ 2 ਸਾਲ ਦਾ ਐਕਸਪੀਰੀਅੰਸ ਹੈਗਾ ਲੌਂਡਰੀ ਰਿਪਿਊਟਿਡ ਹਸਪੀਟਲ ਜਾਂ ਹੋਟਲ ਦਾ ਤਾਂ ਅਪਲਾਈ ਕਰ ਸਕਦੇ ਨੇ ਇੱਕ ਪੋਸਟ ਹੈ 21000 ਤੁਹਾਡੀ ਸਟਾਰਟਿੰਗ ਸੈਲਰੀ ਰਹੇਗੀ ਬਾਰਬਰ ਦੀ ਵੈਕੈਂਸੀ ਹੈ ਜੀ 10th ਪਾਸ ਕੀਤੀ ਹੋਈ ਕਿਸੇ ਵੀ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਅਪਲਾਈ ਕਰ ਸਕਦੇ ਨੇ ਜੀ ਸੋ ਇਸ ਦੇ ਵਿੱਚ ਜਿਹੜੀ ਉਹ ਵੀ ਪਿਓਰਲੀ ਕੰਟੈਕਟ ਬੇਸਿਸ ਤੇ ਰਹਿਣੀਆਂ ਥਰਡ ਪਾਰਟੀ ਦੇ ਬੇਸਿਸ ਤੇ ਇਸ ਦੇ ਵਿੱਚ ਤੁਸੀਂ ਜਿਹੜਾ ਹੈ ਜੀ ਇੰਟਰਵਿਊ ਲਈ ਜਾਣਾ ਹੋਏਗਾ ਜੋ ਕਿ ਲੋਕੇਸ਼ਨ ਲਿਖੀ ਹੋਈ ਹੈ ਮੈਡੀ ਸਿਟੀ ਨਿਊ ਚੰਡੀਗੜ੍ਹ ਪੰਜਾਬ ਵਿਖੇ ਤੁਹਾਨੂੰ ਜਾਣਾ ਹੋਵੇਗਾ ਜੀ ਸਾਰੇ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਦਿੱਤੇ ਨੇ ਤੁਸੀਂ ਉੱਥੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਲੈਣਾ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ